ਹੈਲੋ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਜੀ। ਹੈਪੀ ਨਿਊ ਈਅਰ ਸਾਰਿਆਂ ਨੂੰ। 2024 ਦੀਆਂ ਬਹੁਤ ਬਹੁਤ ਮੁਬਾਰਕਾਂ। ਗੁਰਦੁਆਰਾ ਸਾਹਿਬ ਮੱਥਾ ਟੇਕਣ ਚੱਲੇ ਹਾਂ ਨਿਊ ਈਅਰ 'ਤੇ। ਸਾਰਿਆਂ ਨੂੰ ਮੱਥਾ ਟੇਕ ਕੇ ਆਉਣਾ ਚਾਹੀਦਾ ਆਪਣੇ ਗੁਰੂ ਘਰ, ਆਪਣੇ ਗੁਰਦੁਆਰੇ, ਮੰਦਰ, ਮਸਜਿਦ, ਜਿਹਦਾ ਜਿਹਦਾ ਆਪਣਾ ਰਿਲੀਜਨ ਹੈਗਾ, ਧਰਮ ਨਾਲ ਰਿਲੇਟਡ ਧਾਰਮਿਕ ਸਥਾਨਾਂ 'ਤੇ ਮੱਥਾ ਟੇਕ ਕੇ ਆਉਣਾ ਚਾਹੀਦਾ, ਜੋ ਕਿ ਸਾਲ ਸਾਰਿਆਂ ਦਾ ਬਹੁਤ ਵਧੀਆ ਨਿਕਲੇ। ਅਤੇ ਜਿੱਦਾਂ ਕਹਿੰਦੇ, ਪਰਮਾਤਮਾ ਦਾ, ਰੱਬ ਦਾ ਆਸ਼ੀਰਵਾਦ ਲੈ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਜਾਵੇ। ਅਤੇ ਅਸੀਂ ਹੁਣ ਜਾ ਰਹੇ ਹਾਂ ਗੁਰਦੁਆਰੇ ਮੱਥਾ ਟੇਕਣ, ਅਤੇ ਅੱਜ ਤੁਹਾਨੂੰ ਵੀ ਦਰਸ਼ਨ ਕਰਵਾਉਂਦੇ ਹਾਂ। ਚਲੋ ਚੱਲੀਏ। ਚਲੋ, ਹੈਪੀ ਨਿਊ ਈਅਰ, ਹੈਪੀ ਨਿਊ ਈਅਰ, ਹੈਪੀ ਨਿਊ ਈਅਰ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ। ਐਸ਼ਰੀਨ ਅਤੇ ਜੈਸਰੀਨ ਅੱਜ ਸੂਟ ਪਾਇਆ ਹੈਗਾ, ਅਤੇ ਮੈਡਮ ਪ੍ਰੀਤ ਕੌਰ ਨੇ ਵੀ ਸੂਟ ਪਾਇਆ। ਅੱਜ ਤਾਂ ਬਣਦਾ ਪਾਣਾ, ਆਹ ਤਾਂ ਬਣਦਾ ਪਾਣਾ। ਹਾਂ, ਇਹ ਤਾਂ ਦੇਖੋ ਸੂਟ। ਹਾਂਜੀ, ਹਾਂਜੀ, ਇਹ ਤੁਹਾਡਾ ਪਾਉਂਦੀ ਸੀ ਹੈ? ਮੈਂ ਸਕੂਲ 'ਚ ਪਾਉਂਦੀ ਸੀ। ਅੱਛਾ, ਚੈਨਲ ਜੋ ਲਾਈਟ ਲਈ ਸੀ, ਲਾਈਟ। ਹਾਂਜੀ ਹਾਂਜੀ ਹਾਂਜੀ, ਐਸੀ ਸੂਟ ਬੜਾ ਸੋਹਣਾ ਲੱਗਦਾ। ਹੁਣ ਛੋਟਾ ਹੋ ਗਿਆ, ਹੁਣ ਹੁਣ ਇਹ ਪਾਉਂਦੀ ਹੈ। ਹਾਂ, ਹੁਣ ਬਿੱਗ ਹੋ ਗਿਆ, ਪਹਿਲਾਂ ਇਹ ਪਾਉਂਦੀ ਸੀ, ਹੁਣ ਬਿੱਗ ਹੋ ਗਿਆ। ਨਹੀਂ, ਪਹਿਲਾਂ ਤੁਸੀਂ ਪਾਉਂਦੇ ਸੀ, ਹੁਣ ਐਸ਼ੀਨ ਪਾਉਂਦੀ ਹੈ। ਐਸ਼, ਚਲੀਏ ਜੀ, ਚਲੋ ਲੈਟਸ ਗੋ। ਤੂੰ ਆਲੇ ਦੁਆਲੇ ਘੁੰਮੀ ਜਾ। ਸਤਿ ਸ਼੍ਰੀ ਅਕਾਲ ਜੀ। ਲਓ ਜੀ, ਗੁਰਦੁਆਰਾ ਸਾਹਿਬ ਪਹੁੰਚ ਗਏ ਸੰਗਤਾਂ। ਆ ਜਾਓ ਜੀ, ਸੰਗਤੋਂ ਆ ਜਾਓ। ਆ ਗਏ ਜੀ ਗੁਰਦੁਆਰਾ ਸਾਹਿਬ। ਚਲੋ ਜੀ, ਹੁਣ ਲੰਗਰ ਹਾਲ ਵਿੱਚ ਆ ਗਏ ਅਸੀਂ। ਚਲੋ ਜੀ, ਆ ਰਿਹਾ ਜੀ ਲੰਗਰ ਹਾਲ। ਜੈਸ, ਚਲੋ ਪੁੱਤ। Skirt.